ਬੋਲੀਆਂ ਦੇ ਬੋਲੀ ਕੋਲ ਤੇ ਕਾਗ ਵੀ ਬੋਲਦੇ ਨੇ ਬੜਾ ਫਰਕ ਹੁੰਦਾ ਵਿੱਚ ਬੋਲੀਆਂ ਜਿਹੜੀਆਂ ਖਸਮ ਦੀਆਂ ਤਾਬੇਦਾਰ ਰਹੀਆਂ ਪੱਲੇ ਭਰ ਗਏ ਉਹਨਾਂ ਖੋਲੀਆਂ ਦੇ ਉਧੜ ਗਈਆਂ ਨੂੰ ਪੈਣ ਸਰਦਾਰ ਧੱਕੇ ਸ਼ਰਮਾ ਵਾਲੀਆਂ ਨੂੰ ਝੂਟੇ ਡੋਲੀਆਂ ਉਧੜ ਗਈਆਂ ਨੂੰ ਪੈਣ ਸਰਦਾਰ ਧੱਕੇ ਸ਼ਰਮਾ ਵਾਲੀਆਂ ਨੂੰ ਝੂਟੇ ਡੋਲੀਆਂ ਦੇ ਬਲੀ ਅੱਲਾ ਦਿਲਾਂ ਦੇ ਬਲ ਕੱਢ ਕੇ ਬਲੀ ਹੋਣ ਦਾ ਬਲ ਸਮਝਾ ਸਕਦਾ ਬਲੀ ਅੱਲਾ ਦਿਲਾਂ ਦੇ ਬਲ ਕੱਢ ਕੇ ਬਲੀ ਹੋਣ ਦਾ ਬਲ ਸਮਝਾ ਸਕਦਾ ਨੀਵੀਂ ਨਜ਼ਰ ਕਰਕੇ ਅੱਖਾਂ ਬੰਦ ਕਰਕੇ ਝਾਤੀ ਲੋਹ ਮਹਿਫੂਜ਼ ਤੇ ਪਾ ਸਕਦਾ ਇੱਕ ਮੋਰੀ ਸ਼ਰੀਫ ਦੇ ਟਿੱਪਿਆਂ ਤੇ ਅੱਲਾ ਹੂ ਦਾ ਜ਼ਿਕਰ ਕਰਾ ਸਕਦਾ ਇੱਕ ਮੋਰੀ ਸ਼ਰੀਫ ਦੇ ਟਿੱਪਿਆਂ ਤੇ ਅੱਲਾ ਹੂ ਦਾ ਜ਼ਿਕਰ ਕਰਾ ਸਕਦਾ ਇੱਕ ਬੈਠਾ ਸ਼ਾਹ ਕੋਟ ਅੰਦਰ ਸ਼ੇਰ ਬੱਕਰੀ ਨੂੰ ਪਾਣੀ ਪਿਲਾ ਸਕਦਾ ਇੱਕ ਬੈਠਾ ਸ਼ਾਹ ਕੋਟ ਅੰਦਰ ਸ਼ੇਰ ਬੱਕਰੀ ਨੂੰ ਪਾਣੀ ਪਿਲਾ ਸਕਦਾ ਇੱਕ ਬੈਠਾ ਗੋਲਡਾ ਸ਼ਰੀਫ ਅੰਦਰ ਉਹ ਮਰੇ ਹੋਏ ਪੰਛੀ ਉਡਾ ਸਕਦਾ ਮੇਹਰ ਅਲੀ ਸਰਕਾਰ ਗੋਲਡਾ ਸ਼ਰੀਫ ਵਾਲੇ ਇੱਕ ਦਫ਼ਾ ਹੱਥੇ ਤਸਵੀ ਫੜੀ ਹੋਈ ਪਹਾੜੀ ਇਲਾਕੇ ਦੇ ਵਿੱਚ ਅੱਲਾ ਦਾ ਜ਼ਿਕਰ ਕਰਦੇ ਫਿਰਦੇ ਇੱਕ ਅੰਗਰੇਜ਼ ਆ ਗਿਆ ਸ਼ਿਕਾਰ ਖੇਡਦਾ ਅੰਗਰੇਜ਼ ਤਸਵੀ ਨੂੰ ਬੰਦੂਕ ਦੀ ਨਾਲੀ ਲਾ ਕੇ ਪੁੱਛਦਾ ਵੀ ਆਹ ਕੀ ਕੰਮ ਕਰਦੀ ਹੈ ਸਰਕਾਰ ਕਹਿਣ ਲੱਗਿਆ ਜਿਹੜੀ ਤੂੰ ਚੱਕੀ ਫਿਰਦਾ ਇਹ ਕੀ ਕੰਮ ਕਰਦੀ ਹੈ ਉਹਨੇ ਪਾਇਆ ਕਾਰਤੂਸ ਖਿੱਚਿਆ ਬੋਲਟ ਮਾਰਿਆ ਫੈਰ ਦਰਖਤ ਤੇ ਪਰਿੰਦਾ ਬੈਠਾ ਸੀ ਥੱਲੇ ਛੱਡ ਦਿੱਤਾ ਕਹਿੰਦਾ ਇਹ ਆਹ ਕੰਮ ਕਰਦੀ ਹੈ ਸਰਕਾਰ ਪੀਰ ਮੇਹਰ ਅਲੀ ਸਰਕਾਰ ਗੋਲਡਾ ਸ਼ਰੀਫ ਵਾਲੇ ਉੱਠੇ ਉੱਠ ਕੇ ਜਾ ਕੇ ਉਹ ਤਸਵੀ ਪਰਿੰਦੇ ਤੇ ਫੇਰੀ ਚੱਲ ਵੀ ਕਹਿੰਦਾ ਉੱਥੇ ਬੈਠ ਜਾ ਉੱਥੇ ਜਾ ਕੇ ਬਹਿ ਗਿਆ ਕਹਿੰਦਾ ਇਹ ਆਹ ਕੰਮ ਕਰਦੀ ਹੈ ਆਹ ਆਹ ਕੰਮ ਕਰਦੀ ਆ ਹੁੱਕਾ ਪੱਕਾ ਰਹਿ ਗਿਆ ਕਦਮਾਂ 'ਚ ਡਿੱਗ ਗਿਆ ਸਰਕਾਰ ਕਲਮਾ ਪੜਿਆ ਮੁਸਲਮਾਨ ਹੋ ਗਿਆ ਇੱਕ ਬੈਠਾ ਗੋਲਡੇ ਸ਼ਰੀਫ ਅੰਦਰ ਮਰੇ ਹੋਏ ਪੰਛੀ ਉਡਾ ਸਕਦਾ ਖਵਾਜਾ ਮੈਨੂੰ ਦੀਨ ਹਿੰਦ ਦੇ ਵਿੱਚ 90 ਲੱਖ ਨੂੰ ਕਲਮਾ ਪੜ੍ਹਾ ਸਕਦਾ 90 ਲੱਖ ਨੂੰ ਕਲਮਾ ਪੜ੍ਹਾ ਸਕਦਾ ਕਹਿੰਦਾ ਛਿੱਟੇ ਵਜੂ ਦੇ ਮਾਰ ਕੇ ਦੇ ਬਲੀ ਅੱਲਾ ਕਾਫਰ ਹੋਣ ਤੋਂ ਦੇਖ ਬਚਾ ਸਕਦਾ ਕਹਿੰਦਾ ਸ਼ਾਨ ਬਲੀ ਦਾ ਪੁੱਛ ਕੁਰਾਨ ਕੋਲੋਂ ਕੁੱਤਾ ਬਲੀ ਦਾ ਜੰਨਤ ਵਿੱਚ ਜਾ ਸਕਦਾ ਸ਼ਾਨ ਬਲੀ ਦਾ ਪੁੱਛ ਕੁਰਾਨ ਕੋਲੋਂ ਕੁੱਤਾ ਬਲੀ ਦਾ ਜੰਨਤ ਵਿੱਚ ਜਾ ਸਕਦਾ ਕਹਿੰਦਾ ਮੇਰੇ ਨਬੀ ਦੀ ਸ਼ਾਨ ਕੀ ਪੁੱਛਦਾ ਇਹ ਕਹਿੰਦਾ ਇੱਥੋਂ ਬੈਠੇ ਹੀ ਮਦੀਨਾ ਦਿਖਾ ਸਕਦਾ ਹੈ ਕਿ ਸ਼ਹਿਰ ਬੰਦ ਕਰਕੇ ਦੱਸਦਾ ਭਲਾ ਕਿਸੇ ਬਿਆਨ ਕਰਦੇ ਹੈ ਜਿੱਥੇ ਆ ਕੇ ਦੁਨੀਆਂ ਜਿੱਥੇ ਆ ਕੇ ਦੁਨੀਆਂ ਜਿੱਥੇ ਆ ਕੇ ਦੁਨੀਆਂ
सोना नाम रखा लकमी सोना रखा हक सच तेरा